ਜੋ ਵੀ ਮੁਸੀਬਤਾਂ ਤੇਰਾ ਭਰਾ ਕਤਲ ਹੋਇਆ ਕੋਈ ਛੋਟੀ ਗੱਲ ਨਹੀਂ ਹੈ। ਅੱਛਾ ਜੀ, ਤੇ ਸਾਡੇ ਜੀ ਬਜ਼ੁਰਗ ਜਿਹੜੇ ਬਚਪਨ ਤੋਂ ਕੰਮ ਕਰਦੇ ਰਹੇ ਭੱਠਿਆਂ ਤੋਂ ਸ਼ੁਰੂ ਤੋਂ ਹੀ, ਅਤੇ ਅਸੀਂ ਸ਼ੁਰੂ ਤੋਂ ਗੁਲਾਮੀ ਦੇ ਵਿੱਚ ਫਸੇ ਆ ਰਹੇ ਸੀ। ਜਾਂ ਸਾਨੂੰ ਵੀ ਉਹਨਾਂ ਨੇ ਗੁਲਾਮੀ ਕੀ ਤੋਰ ਛੜਿਆ ਵੱਡਿਆਂ ਨੇ, ਸਾਨੂੰ ਨਾ ਸਾਡੇ ਬੱਚਿਆਂ ਨੂੰ ਤਲੀਮ ਹਾਸਲ ਹੋਈ ਅਤੇ ਨਾ ਕੋਈ, ਅਸੀਂ ਸ਼ੁਰੂ ਤੋਂ ਗੁਲਾਮ ਹੀ ਰਹੇ। ਤੁਸੀਂ ਸਾਨੂੰ ਆਜ਼ਾਦ ਕਰਵਾਇਆ, ਬੜੀ ਤੁਹਾਡੀ ਮਿਹਰਬਾਨੀ। ਬਾਕੀ ਸਾਡੇ ਦੁੱਖ ਤਕਲੀਫਾਂ ਭੱਠਿਆਂ ਵਾਲੀਆਂ ਤੰਗੀ ਤਕਲੀਫਾਂ ਵੀ ਦਿੰਦੇ ਆ ਜੀ, ਅਤੇ ਸਾਨੂੰ ਸਾਰੀਆਂ ਨਾਲ ਸਹਿਣੀਆਂ ਪੈਂਦੀਆਂ ਫਿਰ ਉੱਥੇ ਰਹਿੰਦੇ ਹੋਇਆਂ, ਪੱਠਿਆਂ 'ਤੇ ਰਹਿੰਦੇ ਹੋਇਆਂ ਤਕਲੀਫਾਂ ਸਾਨੂੰ ਸਹਿਣੀਆਂ ਪੈਂਦੀਆਂ। ਅਤੇ ਇਸ ਕਰਕੇ ਫਿਰ ਸਾਨੂੰ ਕਰਜ਼ੇ ਵੀ ਚੱਕਣੇ ਪੈ ਜਾਂਦੇ ਮਜ਼ਬੂਰੀ ਨਾਲ। ਮੇਰਾ ਭਾਈ ਕਤਲ ਹੋ ਗਿਆ, ਉਹਦੀ ਵਜ੍ਹਾ ਨਾਲ ਸਾਨੂੰ ਕਰਜ਼ਾ ਚੱਕਣਾ ਪੈ ਗਿਆ, ਅਸੀਂ ਸਗੋਂ ਮੁਸੀਬਤ ਦੇ ਵਿੱਚ ਧੱਸ ਗਏ। ਅਤੇ ਲੇਕਿਨ ਸਾਡਾ ਹਕੂਮਤ ਅਦਾਲਤ ਵਿੱਚ ਕੇਸ ਲੱਗਾ, ਉਹਨਾਂ ਨੇ ਵੀ ਸਾਡੀ ਨਾ ਸੁਣੀ ਜੀ, ਇਸ ਕਰਕੇ ਨਾ ਕਰਜ਼ਾ ਚੜ੍ਹਦਾ ਗਿਆ। ਅਸੀਂ ਹਾਈ ਕੋਰਟ ਅਪੀਲ ਕੀਤੀ, ਕੁਛ ਲੋਕਾਂ ਕੋਲ ਮਦਦ ਲੈ ਕੇ, ਗਰੀਬ ਅਸੀਂ ਗਰੀਬ ਅਸੀਂ ਨਹੀਂ ਕੇਸ ਲੜ ਸਕਦੇ, ਲੇਕਿਨ ਉਹ ਵੀ ਨਹੀਂ ਕਾਮਯਾਬ ਹੋਇਆ ਜੀ। ਅਤੇ ਅਸੀਂ ਗਰੀਬੀ ਦੇ ਵਿੱਚ ਗਾਹ ਗੱਤ ਸੀਗੇ ਜੀ। ਤੁਸੀਂ ਦੱਸੋ ਬਾਬੂ, ਇੱਕ ਸਿੱਖਦਾ ਸੀ ਮੁਸੀਬਤ ਸ਼ੁਰੂ ਹੋਏ, ਬੱਚਿਆਂ ਨੂੰ ਨਾਲ ਲੈ ਕੇ ਆਪਣੇ ਰਾਣਾ ਨਸੀਮ ਸੀ ਜੀ, ਕਿੱਥੇ ਤੈਨੂੰ ਮਾਰਿਆ, ਮੈਨੂੰ ਮਾਰਿਆ, ਅਤੇ ਕਹਿੰਦਾ ਤੂੰ ਮਜ਼ਦੂਰੀ ਕਿਉਂ ਮੰਗਣਾ ਤੂੰ, ਹਾਂਜੀ, ਅਤੇ ਆਪਣੇ ਤਾਂ ਮਜ਼ਦੂਰੀ ਨਾ ਮੰਗਣ ਤਾਂ ਮਜ਼ਦੂਰੀ ਘੱਟ ਹੋਣੀ ਅਤੇ ਕਰਜ਼ਾ ਚੜ੍ਹਦਾ ਹੀ ਜਾਣਾ। ਹੁਣ ਅਜੇ ਵੀ ਪਿੰਡ ਦੇ ਵਿੱਚ ਵੀ ਪੈਸੇ ਦੇਣੇ ਲੋਕਾਂ ਦੇ, ਕੀ ਕਰੀਏ। ਅੱਛਾ, ਅਤੇ ਤੁਹਾਡਾ ਤਾਂ ਬਹੁਤ ਸ਼ੁਕਰੀਆ ਜਿਹੜਾ ਸਾਡੇ ਤੁਸੀਂ ਯਾਦ ਕੀਤਾ, ਅਤੇ ਚਲੋ ਅੱਲਾ ਮਿਹਰਬਾਨੀ ਕਰੇ, ਸਾਰੀਆਂ ਦੱਸੀਆਂ ਨਹੀਂ ਜਾਂਦੀ, ਮੈਂ ਤਾਂ ਦੱਸੀਆਂ ਨਹੀਂ ਜਾਂਦੀਆਂ। ਦੱਸੋ ਸਾਰੀਆਂ। ਅੱਛਾ ਚਲੋ, ਹਾਂ ਬੇਟਾ ਕਤਲ ਹੋਇਆ, ਉੱਥੇ ਵੀ ਚਲੀ ਚਲੀ ਗਈ, ਸਭ ਨਾਲ ਵੀ ਗਈ, ਅਤੇ ਕੰਮ ਖਰਾਬ ਹੋ ਗਿਆ ਜੀ। ਹਾਂਜੀ, ਅਤੇ ਗੱਲ ਵੀ ਆ ਬੱਚੇ ਆ ਵੇਖਾਂ ਆ ਜਿਹੜੇ ਨੇ ਉਹ ਸਾਡਾ ਰੋਂਦੇ ਟਾਈਮ ਨਿਕਲ ਗਿਆ, ਬਸ ਹੋਰ ਕੀ ਹੈ ਜੀ, ਕੋਈ ਗੱਲ ਨਹੀਂ। ਰੋਂਦਿਆਂ ਟਾਈਮ ਉਹ ਤਾਂ ਭੁੱਖ ਦਾ ਟਾਈਮ ਆ, ਤਾਂ ਵੀ ਰੋਣਾ ਜੀ, ਇਹਨਾਂ ਨੇ ਵੇਖੀ ਤਾਂ ਵੀ ਰੋਣਾ। ਹਾਂਜੀ, ਅਤੇ ਕੀ ਕਰੀਏ, ਆਹ ਅੱਲਾ ਵਾਰਤਵਾ ਜੀ ਬਹੁਤ ਜੀ। ਫਿਰ ਬੇਟੀ ਤਿੰਨ ਚਾਰ ਬੱਚੇ ਸਾਡੇ ਮੇਰੇ ਬਹੁਤ, ਦੋ ਬੇਟੀਆਂ ਬਹੁਤ ਹੋ ਗਈਆਂ, ਇੱਕ ਬੇਟਾ ਬਹੁਤ ਹੋ ਗਿਆ, ਇਸ ਤਰ੍ਹਾਂ ਕਰਕੇ ਮੁਸੀਬਤਾਂ ਸਾਨੂੰ ਰਹੀਆਂ ਨੇ। ਹਾਂ, ਪੱਠੇ ਵਾਲੇ ਵੱਧ ਪੈਸਾ ਦੀ ਕੋਈ ਘੂਰਦੇ ਸਾਨੂੰ, ਕਿਉਂ ਪੈਸੇ ਮੰਗਦੇ ਪਏ ਕੱਲ੍ਹ ਕੀ। ਹਾਂਜੀ, ਹਾਂ ਅੱਲਾ ਜੀ ਵਾਰਤਵਾ ਜੀ। ਹੁਣ ਸਾਡਾ ਕੰਮ ਵੀ ਇਸ ਤਰ੍ਹਾਂ ਦਾ, ਬਾਰਿਸ਼ ਪਏ ਤਾਂ ਨਹੀਂ ਕੰਮ ਕਰ ਸਕਦੇ। ਹਾਂਜੀ, ਅਤੇ ਐਤਵਾਰ ਦੀ ਛੁੱਟੀ ਲਾਜ਼ਮੀ ਕਰਨੀ, ਆਪਾਂ ਭੁੱਖੇ ਮਰ ਜਾਈਏ, ਐਤਵਾਰ ਦੀ ਛੁੱਟੀ ਜ਼ਰੂਰ ਕਰਨੀ ਅਸੀਂ। ਹਾਂਜੀ, ਅਤੇ ਹੋਰ ਮਾਲਕ ਜਿਹੜੇ ਨੇ ਕੰਮ ਨਾ ਕਰੀ, ਇੱਕ ਦਵਾਈ ਵੀ ਦਿੰਦੇ ਆਪਾਂ। ਤੂੰ ਦੱਸ ਭਾਈ, ਮੇਰੇ ਅੱਬੂ ਜੀ ਫੋਤ ਹੋ ਗਏ ਨੇ, ਕਤਲ ਹੋ ਗਏ ਨੇ, ਮੇਰੀ ਅੰਮੀ ਨੇ ਕਤਲ ਕਰਾਇਆ ਸੀ, ਅਤੇ ਇਸ ਕਰਕੇ ਦਾਦੇ ਕੋਲ ਰਹਿ ਰਹੇ ਹਾਂ, ਪਾਲ ਰਹੇ ਸਾਨੂੰ ਕਰਕੇ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਜ਼ਾਦ ਕਰਵਾਇਆ ਸਾਨੂੰ, ਅਤੇ ਇਸ ਕਰਕੇ ਯੱਸੂ ਨੇ ਸਾਨੂੰ ਆਜ਼ਾਦ ਕਰਵਾਇਆ। ਉੱਚੀ ਗੱਲ ਬੋਲਦੀ ਹੈ ਬਾਈ, ਜਿਹੜੀ ਗੱਲ ਕਰਨੀ ਉੱਚੀ ਕਹੋ। ਪਾਣੀ ਹੌਸਲਾ ਕਰੋ, ਮੇਰੀ ਸ਼ਾਦੀ ਹੋਈ ਉਦੋਂ ਸੀ, ਬਸ ਦੁੱਖਾਂ 'ਚ ਹੀ ਆ, ਪਹਿਲੇ ਵੀ ਇਹਨਾਂ ਨਾਲ ਇੱਦਾਂ ਹੀ ਬਸ ਅਲੱਗ ਅਲੱਗ ਕੰਮ ਕੁੰਮ ਕਰਦੇ ਸੀ। ਇੱਥੇ ਫਿਰ ਮੇਰੇ ਭੱਠੇ 'ਤੇ ਸ਼ਾਦੀ ਹੋਈ, ਉਦੋਂ ਦੇ ਬਸ ਇੱਦਾਂ ਹੀ ਛੋਟੇ ਛੋਟੇ ਬੱਚੇ ਜਦੋਂ ਦੇ ਹੋਏ ਸੀ, ਇੱਕ ਮਿੰਟ ਨਹੀਂ ਕੋਈ ਸੁੱਖ ਦਾ ਸਾਹ ਲੈ ਕੇ ਵੇਖਿਆ, ਬਸ ਸਾਰੀ ਜ਼ਿੰਦਗੀ ਭੱਠੇ 'ਤੇ ਲੰਘ ਗਈ। ਇਹਨਾਂ ਬੱਚਿਆਂ ਦਾ ਬਾਪ ਕਤਲ ਹੋ ਗਿਆ, ਤਾਂ ਵੀ ਇੰਨੀ ਪਰੇਸ਼ਾਨੀ ਰਹੀ, ਫਿਰ ਵੀ ਅਸੀਂ ਭੱਠਿਆਂ ਦੇ ਗੁਜ਼ਾਰਾ ਕਰਦੇ ਰਹੇ, ਕੇਸ ਵੀ ਲੜਦੇ ਰਹੇ, ਇਹਨਾਂ ਬੱਚਿਆਂ ਨੂੰ ਵੀ ਪਾਲਦੇ ਰਹੇ। ਬਾਕੀ ਜੋ ਵੀ ਦੁੱਖ ਤਕਲੀਫ, ਨਾ ਕੋਈ ਜਗ੍ਹਾ, ਨਾ ਕੋਈ ਮਕਾਨ ਸੀ, ਨਾ ਕਿਤੇ ਰਹਿਣ ਦੀ ਕੋਈ ਛੱਤ ਸੀ। ਸ਼ੁਕਰ ਆ ਹੁਣ ਖੁਦਾ ਨੇ, ਚਲੋ ਭਾਵੇਂ ਕਿਰਾਏ ਦਾ ਘਰ ਦਿੱਤਾ ਤੇ ਹੈ ਨਾ, ਅਸੀਂ ਵੀ ਲੋਕਾਂ 'ਚ ਆ ਕੇ ਰਹਿਣ ਲੱਗੇ, ਜੰਗਲਾਂ 'ਚ ਰਹਿੰਦੇ ਸੀ। ਤੁਸੀਂ ਲੈ ਕੇ ਕਿਰਾਏ ਦੇ, ਤੁਸੀਂ ਲੈ ਕੇ ਮਾਂ ਬਾਪ ਨੂੰ ਤਾਂ ਹੀ ਸਕੂਨ ਹੁੰਦਾ, ਅਗਰ ਬੱਚਿਆਂ ਨੂੰ ਸਕੂਨ ਹੋਵੇ, ਖੁਸ਼ਹਾਲੀ ਹੋਵੇ। ਕੋਈ ਨੀ, ਸਾਡਾ ਯਸੂ ਤੇ ਭਰੋਸਾ ਸੀ, ਸਾਨੂੰ ਯਸੂ ਨੇ ਬਹੁਤ ਕੁਛ ਦਿੱਤਾ ਵਾ, ਖੁਦਾ ਦਾ ਸ਼ੁਕਰ ਕਰਦੇ ਹਾਂ ਅਸੀਂ।
ਦੋ ਸਾਲ ਹੋ ਗਏ ਨਾ, ਦੋ ਸਾਲ ਹੋ ਗਏ ਮੇਰਾ ਕੱਟੇ ਨੂੰ ਬਿਮਾਰੀ ਮੈਨੂੰ ਲੱਗੀ ਪਈ, ਮੈਂ ਤੁਰ ਨਹੀਂ ਸਕਦਾ, ਤੁਰਿਆ ਨਹੀਂ ਜਾਂਦਾ ਮੈਂ ਤੋਂ, ਅਤੇ ਅੱਲਾ ਹੀ ਵਾਸਤਾ ਕੀ ਕਰਨਾ ਇਹਨੇ ਮੈਨੂੰ ਇਹੋ ਹੀ ਪਾਲਣ ਵਾਲਾ ਜੀ, ਖੁਦਾ ਪਾਲਣ ਵਾਲਾ, ਕੋਈ ਗੱਲ ਨਹੀਂ। ਅੱਛਾ ਜਿਹੜੇ ਪੱਠੇ ਦਿੱਤੇ ਤੁਸੀਂ ਜੀ, ਸਾਡੇ ਬੜੀ ਮਿਹਰਬਾਨੀ ਕੀਤੀ ਹੈ, ਅਤੇ ਚਲੋ ਜਿਹੜੇ ਪਿੰਡ ਦੇ ਜਹਾਦਾਰ ਸ਼ੁਰਾ ਲਏ ਉਹ ਵੇਖੀ ਜੀ ਦਿੱਤੀ ਹੈ, ਦਿੱਤੇ ਹਨ Thank you. Have those.